ਦੇਖੋ ਗਾਇਸ ਬੈਠੇ ਨੇ ਜਵਾਕ ਆਏ ਸਕੂਲ ਤੋਂ, ਮੋਮ ਇਹਨਾਂ ਦੇ ਗਏ ਹੋਏ ਨੇ ਕਿ ਅੱਜ ਬਾਜ਼ਾਰ ਆ ਕੇ ਲੈਂਦੇ ਕਲੀਨ। ਓ ਮਾਈ ਗੋਡ, ਕਾਹਦਾ ਗਿਫਟ ਕਾਹਦਾ ਇਹ? ਹੁਣ ਮਿਲ ਰਹੇ ਵੱਡੇ ਗਿਫਟ? ਹੈਲੋ ਗਾਇਸ, ਗੁੱਡ ਮਾਰਨਿੰਗ, ਕਿਵੇਂ ਤੁਸੀਂ ਸਾਰੇ? ਆਈ ਹੋਪ ਕਿ ਤੁਸੀਂ ਠੀਕ ਹੋਵੋਗੇ। ਗਾਇਸ ਗਲੀਨ ਨੂੰ ਕਾਫੀ ਦਿਨਾਂ ਬਾਅਦ ਬਰਥਡੇ ਦਾ ਗਿਫਟ ਮਿਲੇਗਾ ਉਹਦੀ ਇੱਕ ਫਰੈਂਡ ਨੇ ਸਕੂਲ 'ਚ, ਹੁਣ ਕਿਉਂ ਛੁੱਟੀਆਂ ਤੋਂ ਬਾਅਦ ਹੁਣ ਗਈ ਸੀ ਸਕੂਲ, ਅਤੇ ਉਹ ਤੋਂ ਬਾਅਦ ਦੇ ਵਿੱਚ ਹੁਣ ਇਹਨੂੰ ਸਕੂਲ 'ਚ ਗਿਫਟ ਮਿਲੇਗਾ। ਦੇਖੋ ਕੀ ਹੈ ਇਹਦੇ ਵਿੱਚ, ਆਪਾਂ ਖੋਲ ਕੇ ਦੇਖ ਰਹੇ ਹਾਂਗੇ। ਮੈਨੂੰ ਪਹਿਲਾਂ ਹੀ ਦੱਸਦਾ ਹੋਗਾ ਕੀ ਹੈ ਅੱਜ ਕੀ ਹੈਗਾ। ਓਏ ਪੇਸਟਲ ਕਲਰ, ਚਲ ਚੈੱਕ ਕਰਦੇ ਹਾਂ ਇਸ ਕੀ ਹੈਗਾ ਇਹਦੇ ਵਿੱਚ। ਮਸਾਂ ਹੀ ਖੋਲ ਰਹੀ ਹੈਗੀ ਬੈਠੀ, ਤਕੜੀ ਕਰੀ ਵੀ ਲੱਗਦੀ ਇਹਦੀ ਫਰੈਂਡ ਦੀ। ਬਾਕੀ ਦੇਖਦੇ ਹਾਂ ਕਿ ਵੀ ਹੈ ਕੀ ਹੈਗਾ ਐਕਚੁਅਲ ਦੇ ਵਿੱਚ ਇਹਦੇ ਵਿੱਚ। ਚਲੋ ਗਾਇਸ ਜਦੋਂ ਤੱਕ ਇਹ ਆਪਣਾ ਪੈਕ ਖੋਲਦੇ ਗਏ, ਆਪਾਂ ਫਤਿਹ ਤੋਂ ਪੁੱਛਦੇ ਹਾਂ ਵੀ ਉਹ ਕੀ ਕਰ ਰਹੇ ਹੋ। ਫਤਿਹ ਸਿੰਘ ਜੀ, ਮਾੜੀ ਮੋਟੀ ਦੱਸੋ ਕੋਈ ਗੱਲਬਾਤ ਯਾਰ, ਤੁਸੀਂ ਤਾਂ ਬਿਲਕੁਲ ਹੀ ਐਕਟੀਵੇਟ ਨਹੀਂ ਹੈਗੇ। ਟੀਚ ਕੋ ਸਾਰੀ ਦਿਹਾੜੀ ਕਾਰਟੂਨਾਂ ਤੇ। ਅੱਛਾ, ਟਿਊਸ਼ਨ ਗਿਆ ਹੋਇਆ ਸੀਗਾ ਅੱਜ। ਚਲੋ ਗਾਇਸ ਇਹਦਾ ਪੜ੍ਹਾਈ ਪੜੂਈ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਕਿੱਦਾਂ ਦਾ ਸਾਡਾ ਬੰਦਾ, ਅਤੇ ਇੱਧਰ ਆ ਗੁੜੀਆ ਦਾ ਦੇਖਦੇ ਹਾਂ ਕਿ ਆਪਾਂ ਵੀ ਗੁੜੀਆ ਨੂੰ ਕਿਆ ਮਿਲੇਗਾ। ਸਾਡੀ ਨੰਨੀ ਸੀ, ਮੁੰਨੀ ਸੀ, ਛੋਟੀ ਸੀ, ਮੋਟੀ ਸੀ, ਲੜਕੀ ਜੇ ਛੇਤੀ ਖੋਲਾ ਯਾਰ, ਕਿੰਨਾ ਟਾਈਮ ਲਾਤਾ, ਭੁੱਖ ਲੱਗ ਗਈ ਮੈਨੂੰ ਗਾਇਸ। ਨਾਲੇ ਮੈਂ ਦੇਖ ਲਓ ਘਰੇ ਕੁਛ ਨਹੀਂ ਹੈਗਾ ਖਾਣ ਪੀਣ ਨੂੰ, ਹੁਣ ਖਾਣ ਪੀਣ ਨੂੰ ਵੀ ਮੈਨੂੰ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਆਪੇ ਬਣਾ ਕੇ ਖਾਣਾ। ਕਿੰਨੇ ਪੈਣੇ ਤੁਹਾਡੇ ਕਿਹੜੇ ਖਾਓ? ਜੋਰ ਲਾ ਕੇ, ਕੈਚੀ ਚੱਕੋ, ਤੋੜ ਦੇ, ਤੋੜ ਦੇਗਾ ਮੁੰਡਿਆ, ਤੂੰ ਤੋੜ ਦੇਗਾ। ਗਲੀਨ ਨੂੰ ਤਾਂ ਮਿਲ ਗਿਆ ਉਹਦਾ ਗਿਫਟ, ਤੇ ਹੁਣ ਅਸੀਂ ਕੁਛ ਖਾਣੇ ਪੀਣੇ ਗਏ ਇਹਨੇ ਮਾਮ ਤਾਂ ਕਹਿ ਰਹੇ ਨੇ ਤੁਹਾਨੂੰ ਪਤਾ ਗਾ ਦਵਾਈ ਦਵਾਉਣ ਵਾਸਤੇ ਕਿਸੇ ਨੂੰ ਰਿਸ਼ਤੇਦਾਰ ਨੂੰ, ਤੇ ਬਾਹਰ ਮੌਸਮ ਬਹੁਤ ਖਰਾਬ ਹੋ ਰਿਹਾ ਹੈਗਾ, ਹਨੇਰੀ ਚੱਲ ਰਹੀ ਹੈਗੀ, ਹਵਾ ਚੱਲ ਰਹੀ ਹੈ ਕਾਫੀ ਤੇਜ਼। ਆਪਾਂ ਰਸੋਈ ਦੇ ਵਿੱਚ ਚੱਲਦੇ ਹਾਂ, ਦੇਖਦੇ ਹਾਂ ਵੀ ਕੀ ਬਣਾ ਸਕਦੇ ਹਾਂ ਰਸੋਈ ਵਿੱਚ, ਹਨੇਰੇ ਹਨੇਰਾ, ਲਾਈਟਾਂ ਲਾ ਲਈ ਪਹਿਲਾਂ, ਹੁਣ ਦੇਖਦੇ ਹਾਂ ਪਰਸੋਂ ਕੀ ਬਣਾ ਸਕਦੇ ਹਾਂਗੇ। ਕੱਲ੍ਹ ਤਾਂ ਫਰਿੱਜ ਕੋਲ ਚੱਲੀਏ, ਵਿੱਚੋਂ ਮੈਂ ਕੱਲ੍ਹ ਨਾ ਡਬ ਰੋਟੀਆਂ ਲਿਆਉਂਦੇ ਸੀਗੇ ਪੈਕਟ, ਉਹ ਦੇਖੋ ਮੇਰੇ ਵੀ ਲਾਏ ਪੈਣੇ ਤਾਂ ਡਬ ਕੇ ਬ੍ਰੈਡ ਬੈਡ ਸੀਗੇ। ਚਲੋ ਇਹ ਬਣਾ ਕੇ ਦਿੰਦੇ, ਸੈਂਡਵਿਚ ਬਣਾਉਣੇ ਗਾਇਸ, ਸੈਂਡਵਿਚ ਬਣਾ ਕੇ ਫਿਰ ਬੱਚਿਆਂ ਨੂੰ ਖਵਾਉਣੇ। ਪਹਿਲਾਂ ਰੈਡੀ ਕਰ ਲਾ, ਮੈਂ ਰੈਡੀ ਕਰਕੇ ਫਿਰ ਦਿਖਾਉਣਾ ਵੀ ਕਿੱਦਾਂ ਦੇ ਰੈਡੀ ਕਰਦਾ ਮੈਂ ਸੈਂਡਵਿਚ। ਬਹੁਤ ਵਧੀਆ ਸੈਂਡਵਿਚ ਬਣਾ ਲੈਂਦਾ, ਸੈਂਡਵਿਚ ਮੇਕਰ ਵੀ ਪਿਆ ਆਪਣੇ ਕੋਲ, ਉਹਦੇ 'ਤੇ ਬਣਾ ਕੇ ਨਾਲੇ ਬੱਚਿਆਂ ਨੂੰ ਖਵਾਉਣੇ ਗੇ, ਨਾਲੇ ਆਪ ਖਾਂਦੇ ਹੈਗੇ। ਇਹਨਾਂ ਦੀ ਮੋਮ ਨੂੰ ਬਾਹਰੋਂ ਖਾ ਪੀ ਕੇ ਆਊਗੀ, ਉਹ ਤਾਂ ਪੈਸੇ ਜੇ ਗਈ ਵੀ ਹੈਗੀ, ਖਵਾਉਣ ਪਿਆਉਣਗੇ ਤਾਂ ਸਹੀ। ਆਪਾਂ ਤਾਂ ਆਪਣਾ ਘਰ ਆਪ ਬਣਾ ਕੇ ਖਾਣਾ ਗਾ, ਉਹ ਚਲੋ ਮੈਂ ਰੈਡੀ ਕਰਦਾ ਗਾ। ਮੈਂ ਦੱਸਦਾ ਦੇਖੋ, ਇਹਨਾਂ ਦੇ ਤਾਂ ਬਣਾ ਰਿਹਾ ਮੈਂ ਬਿਨਾਂ ਮਤਲਬ ਕਿ ਸਮਾਨ ਤੋਂ, ਹੈ ਨਾ, ਇਹਨਾਂ ਤੋਂ ਕੁਛ ਨਾਲ ਲਾਉਣਾ ਜੀ, ਜਿੱਦਾਂ ਵਿੱਚ ਗੱਠੇ ਵਗੈਰਾ ਪਾਊਂਗਾ ਮੈਂ, ਪਿਆਜ਼ ਆਪਣਾ, ਮਿਰਚੀ ਪਾਊਂਗਾ, ਹੋਰ ਸਪਾਈਸ ਪਾਊਂਗਾ,
ਇਹਨਾਂ ਨੇ ਉਹ ਕੁਛ ਨਹੀਂ ਖਾਣਾ, ਬਸ ਇਹਨਾਂ ਵਾਸਤੇ ਬਣਾ ਰਿਹਾ ਮੈਂ ਸਿੰਪਲ, ਠੀਕ ਆ। ਤੇ ਮਿਓਨੀ ਲਾਊਂਗਾ ਇਹਨਾਂ ਨੂੰ, ਸੌਸ ਲਾਊਂਗਾ ਤੇ ਆਪਾਂ ਇਹਦੇ ਗਰਮ ਕਰ ਦਾਂਗੇ। ਆ ਦੇਖੋ ਸੈਂਡਵਿਚ ਮੇਕਰ ਤੇ ਮਾਮ ਨੇ ਤੋੜਤਾ ਸੀ, ਆ ਦੇਖੋ ਤਰੇੜਾ ਹੀ। ਤੇ ਬਸ ਥੋੜਾ ਜੀ ਮੇਰਾ ਆਪ ਕਰਾਉਣ ਵਾਲੀ, ਮੈਂ ਪਤਾ ਕਿਸੇ ਨੇ ਨਹੀਂ ਕਰਾਉਣੀ, ਮੈਂ ਆਪਣੇ ਆਪ ਕਰਾਉਣਾ। ਹਾਂ ਆਹ ਕੁੜੀ ਵੀ ਸਾਡੀ ਬਸ ਕੰਮ ਚੋਰ ਹੈਗੀ, ਇਹ ਕੁੜੀ ਕੋਈ ਹੈਲਪ ਨਹੀਂ ਕਰਾਉਂਦੀ ਮੇਰੀ, ਮੈਂ ਦੇਖ ਲਓ ਕਰਨੀ ਚਾਹੀਦੀ ਵਾਸਤੇ ਹੁਣ ਸੈਂਡਵਿਚ ਬਣਾਉਣ ਲੱਗਿਆ ਪਿਆ ਹੈਗਾ। ਮੈਂ ਗਾਇਸ ਕੰਮ ਕਰ ਰਹੀ ਹਾਂ ਸਕੂਲ ਦਾ, ਤਾਂ ਕੋਈ ਕੰਮ ਨਹੀਂ ਕਰ ਰਹੀ। ਇਹ ਰੌਕਸੀ ਨਾਲ ਖੇਡ ਰਹੀ ਸੀਗੀ ਬਾਹਰ, ਹੁਣ ਮੈਂ ਹੁਣੇ ਦੇਖਿਆ ਸੀ ਕਿ ਬਾਹਰ ਰੌਕਸੀ ਨਾਲ ਖੇਡਣ ਲੱਗੀ ਪਈ ਸੀ। ਗਾਇਸ ਡੈਡ ਕਦੇ ਕਦੇ ਝੂਠ ਵੀ ਬੋਲਦੇ ਨੇ, ਤਾਂ ਡੈਡ ਦੀ ਗੱਲ ਦਾ ਰੌਕਸੀ ਹੁਣ ਵੀ ਦਿਖਾ ਸਕਦਾ ਤੁਹਾਨੂੰ, ਬਾਹਰ ਖੜੀ ਹੈਗੀ ਇਹਦੀ ਜੁੜੀ ਵਿੱਚ। ਨਹੀਂ ਗਾਇਸ ਜਾਊਗੀ ਗਲੀ ਨਾ ਤੇ ਨਾਲ ਖੇਡੂਗੀ ਮੇਰੇ ਨਾਲ। ਰੌਕਸੀ ਤਾਂ ਹਵਾ ਨਾਲ ਖੇਡ ਰਹੀ ਆ। ਅੱਛਾ ਜੀ ਹਾਂ ਚਲੋ ਠੀਕ ਹੈ ਗਾਇਸ, ਇਹਨਾਂ ਨੂੰ ਮੈਂ ਖਵਾਉਣਾਗਾ ਬਣਾ ਕੇ, ਬਹੁਤ ਟੇਸਟੀ ਟੇਸਟੀ ਬਣਨ ਵਾਲੇ ਨੇਗੇ, ਕ੍ਰਿਸਪੀ ਕ੍ਰਿਸਪੀ। ਜੇ ਕਿਸੇ ਨੇ ਖਾਣੇ ਨੇ ਤਾਂ ਇੱਥੇ ਆ ਸਕਦਾ ਸਾਡੇ ਕੋਲੇ, ਅਸੀਂ ਕਿਸੇ ਕੋਲ ਹੋਮ ਡਿਲੀਵਰੀ ਨਹੀਂ ਕਰਦੇ ਹੈਗੇ, ਅਸੀਂ ਸਪੈਸ਼ਲ ਸ਼ੈਫ ਸਾਡੇ ਘਰੇ ਰਹਿੰਦਾ। ਓਹੋ ਗਰਮੀ ਬਹੁਤ ਆ ਗਈ, ਮਸਾਲਾ ਪਾਵਾਂ ਤੁਹਾਡੇ ਵਾਸਤੇ ਉੱਪਰ? ਪਾ ਦੋ ਥੋੜਾ ਥੋੜਾ ਮਸਾਲਾ ਭੁੱਕ ਲੈਣਾ, ਬੜਾ ਥੋੜਾ ਜਿਹਾ ਵਧੀਆ ਹੋ ਜਾਣੀ। ਗਾਇਸ ਡੈਡ ਆਪਣੀ ਸੀਕ੍ਰੇਟ ਰੈਸਪੀ ਸ਼ੇਅਰ ਨਹੀਂ ਕਰਦੇ। ਇਹ ਬਸ ਸੀਕ੍ਰੇਟ ਰੈਸਪੀ, ਜਿਹੜੇ ਇਹਦੇ ਵਿੱਚ ਮਸਾਲੇ ਪਾਏ ਹੋਏ ਨਾ ਉਹ ਮੈਨੂੰ ਪਤਾ ਵੀ ਕਿਹੜੇ ਕਿਹੜੇ ਮਸਾਲੇ ਨੇਗੇ, ਹੋਰ ਕਿਸੇ ਨੂੰ ਨਹੀਂ ਪਤਾ ਉਹਨਾਂ ਬਾਰੇ। ਗਾਇਸ ਕੋਈ ਨਾ ਅਸੀਂ ਡੈਡ ਦਾ ਸੀਕ੍ਰੇਟ ਰੈਸਪੀ ਖੋਲ ਦਾਂਗੇ ਤੁਹਾਡੇ ਸਾਹਮਣੇ। ਕੋਈ ਸੀਕ੍ਰੇਟ ਰੈਸਪੀ ਨਹੀਂ ਮਿਲਣ ਵਾਲੀ ਗਾਇਸ ਤੁਹਾਨੂੰ, ਉਮੀਦ ਨਾ ਕਰਿਓ ਗੱਲੀਆਂ ਤੋਂ ਕੋਈ ਵੀ ਸੀਕ੍ਰੇਟ ਰੈਸਪੀ ਦੀ, ਕਿਉਂਕਿ ਇਹਨੂੰ ਖੁਦ ਨੂੰ ਨਹੀਂ ਪਤਾ, ਮੈਨੂੰ ਨਹੀਂ ਪਤਾ ਸਿਰਫ ਕਿੰਨੇ ਚਾਰ ਨੇ ਗੇ ਅਸੀਂ ਲੈ ਗਏ ਵੀ ਦੋ ਜਣੇ ਆ। ਫਿਰ ਕੀ ਹੋਇਆ ਗੋਲਿੰਗ, ਤੁਸੀਂ ਇੱਕ ਜਣੇ ਫਿਰ ਕੀ ਹੋਇਆ, ਇਸ ਮੇ ਕੀ ਆ ਰਿਹਾ ਤੁਸੀਂ ਤਾਂ ਫੇਰ ਵੀ ਡੈਡ ਤੇ ਨਾ, ਫੇਰ ਵੀ ਤੈਨੂੰ ਪਹਿਲਾਂ ਖਾਦਾ ਨਹੀਂ ਆ, ਦੱਸੋ ਪਹਿਲਾਂ ਵੀ ਖਾਦਾ ਸੀ ਨਾ, ਉਹ ਤੁਸੀਂ ਸਕੂਲੋਂ ਆ ਕੇ ਭੁੱਖੇ ਸੀ, ਫੇਰ ਮੈਂ ਵੀ ਤਾਂ ਹੁਣ ਡਿਊਟੀ ਤੋਂ ਆ ਕੇ ਭੁੱਖਾਗਾ। ਤੁਸੀਂ ਦੁਪਹਿਰੇ ਤਾਂ ਖਾਦੀ ਹੋਗੀ ਰੋਟੀ, ਮਾਰ ਕੇ ਤੁਸੀਂ ਨਹੀਂ ਖਾਦੀ, ਤੁਹਾਨੂੰ ਵੀ ਦੇ ਕੇ ਭੇਜੇ ਸੀ ਨਾਲ। ਚਲੋ ਮੇਰੇ ਨਾਲ ਬੈਸੀ ਜਾਊਗਾ, ਵੈਸੇ ਤਾਂ ਇਹਦੀ ਬੈਸਨ ਦੀ ਕੈਪੈਸਿਟੀ ਬਹੁਤ ਆ, ਕੰਮ ਕਰਨ ਦੀ ਕੈਪੈਸਿਟੀ ਜ਼ੀਰੋ ਆ ਜੀ, ਠੀਕ ਆ। ਹੁਣ ਮੈਂ ਇਹਨਾਂ ਵਾਸਤੇ ਬਣਾ ਦਾਂ ਉਹਨਾਂ ਟਾਈਮ, ਪਲੇਟ ਚੱਕ ਲਾ ਗੋਲ, ਉਹ ਧਰ ਲਓ, ਹੋਰ ਪਲੇਟ ਮੈਂ ਰੱਖ ਲਓ, ਕਾਫੀ ਰੈਡੀ ਹੈਗਾ ਕੰਪਲੀਟ ਵਾਲਾ। ਇਹ ਤੇ ਹੁਣ ਇੱਕ ਹੋਰ ਪਾ ਦਿੰਦਾ ਤੁਹਾਡਾ, ਫਿਰ ਪਤੇ ਵਾਸਤੇ ਲੈ ਜੀ, ਦੋ ਇਕੱਠੇ ਰੱਖਣਾ, ਇਹਦੇ ਇਕੱਠੇ ਹੀ ਬਣ ਸਕਦੇ, ਥੋੜ੍ਹਾ ਉੱਪਰ ਲਾਉਣਾ ਇਹਨਾਂ ਦੇ, ਬਣਾ ਤਾ ਜੀ ਆਪਾਂ ਵਧੀਆ ਲੈਣਾ ਚੀਜ਼ ਬਲ, ਪਰ ਉਹ ਵੀ ਥੋੜ੍ਹਾ ਜਿਹਾ ਟਾਈਮ ਦੀ ਪ੍ਰੋਬਲਮ ਆ ਗਈ, ਆਪਾਂ ਨੂੰ ਟਾਈਮ ਨਹੀਂ ਇੰਨਾ ਹੁੰਦਾ ਆਪਣੇ ਕੋਲ। ਚਲੋ ਇਹ ਬਣ ਰਹੇ ਨੇ, ਲਓ ਜੀ ਗਾਇਸ ਫਾਈਨਲੀ ਬਣ ਗਏ ਨੇ ਗੇ ਸਾਡੇ ਸੈਂਡਵਿਚ, ਆ ਦੇਖੋ ਹੈਗਾ ਫਤਿਹ ਦੇ ਨੇ ਗਲੀ ਨਾ ਆਪਣੇ ਖਾਇਆ ਹੀ ਹੈਗੀ, ਹੁਣ ਪੁੱਛਿਆ ਜੀ ਮੂੰਹ ਘਰ ਹੀ ਖੜੀ ਹੈਗੀ ਵੀ ਮੈਂ ਆਪਣੇ ਖਾ ਲਏ ਇਹਨਾਂ ਦੇ ਰਹਿੰਦੇ ਨੇਗੇ, ਹੁਣ ਰਾਜੇ ਰਾਜੇ ਖਾਣ ਕੇ ਗਾਇਸ ਬਿੱਲੀਆਂ ਬਿੱਲੀਆਂ ਝਾਕਣਗੀਆਂ, ਆ ਜਾ ਬਿੱਲੀ, ਚਲੋ ਜੀ ਆਪਾਂ ਤਾਂ ਲਾਈਕ ਚੱਲੀਏ, ਅੰਦਰ ਜਾ ਕੇ ਬਹਿ ਕੇ ਖਾਣੇ ਆਰਾਮ ਨਾਲ। ਫਤਿਹ ਤੇਰੀ ਨਹੀਂ ਆਈ ਸੈਂਡਵਿਚ, ਡੋ ਨਹੀਂ ਉਹਦੇ ਕੋਲ, ਗਲੀ ਕੋਲ ਆਪਾਂ ਚੱਲਿਆ ਮੇਲੇ ਬਸ।
ਆ ਦੇਖੋ ਗਾਇਸ ਗਲੀਨ ਕੀ ਕਰਨ ਲੱਗੀ ਪਈ ਹੈਗੀ। ਫਤਿਹ ਦੇ ਸੈਂਡਵਿਚ ਨੇ ਗੇ ਰੋਹ ਮਾਰ ਰੱਖਿਆ ਉੱਤੇ। ਲੈ ਮੈਨੂੰ ਦੇ ਦੇ ਹੁਣ ਮੈਂ ਖਾ ਲਾ ਆਪਣੇ ਇਹਨੇ ਇਹਨੇ ਇਹ ਬਣਾਉਂਦੀ ਹੈਗੀ ਤੇਰਾ ਕੁਛ ਲਾਗੇ ਪੈਣੇ ਚੋਰ ਕਰ ਉਹਨੂੰ ਖਾਣ ਪੀਣ ਦੇ ਰਹੀ ਠੰਡੇ ਹੋ ਜਾਣਗੇ ਉਦੋਂ ਗਲੀਨ ਉਹਦੇ। ਟੇਸਟ ਕਰ ਰਿਹਾ ਇਹ ਸੋਚਿਓ ਸਮਾਨ ਪਾ ਕੇ ਬਹੁਤ ਟੇਸਟੀ ਬਣ ਰਹੇ ਆ, ਬਿਨਾ ਸਮਾਨ ਤਾਂ ਇੰਨੇ ਟੇਸਟੀ ਨਹੀਂ ਲੱਗਦੇ। ਜੇ ਮਿਰਚ ਪਾਏ ਨੇ ਨਾ, ਪਿਆਜ਼ ਪਾਏ ਨੇ, ਮੈਨੀ ਅਤੇ ਪੀਨਟ ਬਟਰ, ਉਹਦੇ ਨਾਲ ਬਹੁਤ ਟੇਸਟੀ ਲੱਗ ਰਹੇ ਨੇ। ਤੁਸੀਂ ਮਿਸ ਕਰਤਾ ਇਸ ਵਾਰ ਮੈਂ ਹੋਰ ਖਾਣਾ। ਲਓ ਜੀ ਗਾਇਸ ਸੈਂਡਵਿਚ ਤਾਂ ਅਸੀਂ ਖਾ ਲਏ ਨੇ, ਪਤੇ ਨੇ ਵੀ ਪੇਟ ਇਹਦੀ ਬਿਜਲੀ ਹੈਗੀ। ਅਤੇ ਹੁਣ ਅਸੀਂ ਖਾਣ ਜਾ ਰਹੇ ਹਾਂਗੇ ਅੰਬ, ਚੂਪਣ ਵਾਲੇ ਅੰਬ ਨੇਗੇ, ਖਾਏਗੇ ਉਹਦੇ। ਲਓ ਜੀ ਪਹੁੰਚ ਗਏ ਸਾਡੇ ਮੁੱਖ ਮਹਿਮਾਨ ਅੱਜ ਦੇ, ਸੁਖਵਿੰਦਰ ਕੌਰ ਆਦੇ ਪਾਤਾ ਰੱਖੇ ਗੱਲ 'ਚ ਪਹਿਲਾਂ ਹੀ। ਹੋਰ ਕਿਵੇਂ ਆ ਫਿਰ, ਹੋਰ ਫਿਰ ਵਧੀਆ, ਇਹ ਕਿੱਥੋਂ ਆ ਗਏ? ਅਸੀਂ ਤਾਂ ਪਹਿਲਾਂ ਉਹ ਕਰੀ ਫਿਰਦੇ ਸੀਗੇ ਸੈਂਡਵਿਚ ਬਣਾ ਕੇ ਖਾਧੇ ਨੇ, ਹੋਰ ਆਹ ਹੋਰ ਆ ਗਏ ਪਕੌੜੇ। ਚੱਕ ਫਤਿਹ ਤੇਰੇ ਤਾਂ ਲੋਟਰੀ ਹੈਗੀ ਅੱਜ। ਓ ਮਾਈ ਗੋਸ਼, ਹੁਣ ਇੰਨੇ ਪਕੌੜੇ ਸੀ ਖਾਵਾਂ ਕਿਵੇਂ, ਤਲੇ ਹੋਏ ਬਹੁਤ ਤਲੇ ਹੋਏ ਕਿਉਂ ਆਇਲ ਓਹੋ। ਖਾਓ ਜੀ ਖਾਓ, ਗਲੀਨ ਆ ਜਾ, ਏਸੀ ਲੱਗਾ ਹੈ ਨਾ, ਬੰਦ ਕਰ ਖਤੇ, ਬੰਦ ਕਰ ਇਹਨੂੰ, ਬੰਦ ਕਰ ਆ ਲਫਾਫੇ ਦਾ, ਠੰਡੇ ਹੋ ਜਾਣਗੇ। ਸੌਸ ਸੌਸ ਲੈ ਆ, ਸੌਸ ਚੱਕ ਕੇ ਖਾ ਲਓ, ਲੈ ਆ ਪਲੇਟ ਜਾ ਕੇ ਤੁਸੀਂ ਕੁੜੇ ਦਾ ਐਨ ਸਜਾ ਦੀ ਪਲੇਟ ਲਾਓ ਜੀ, ਐਨ ਸਜਾ ਖਾਓ ਪਕੌੜੇ, ਬ੍ਰੈਡ ਪਕੌੜਾ ਨਾਲ ਅੱਜ ਨਾਲ ਸ਼ੁਰੂ ਕਰਦੇ ਆ, ਨਾਲ ਗੁਲਗੁਲੇ ਵੀ ਨੇਗੇ, ਹਾਂਜੀ ਗੁਲਗੁਲੇ ਵੀ ਨੇਗੇ, ਸਾਰਾ ਕੁਝ ਹੈ ਦੇਖਣ ਨੂੰ ਵੱਡ ਚੜਦੀ। ਹਾਂ ਗਲੀਨ ਕਿਵੇਂ ਕਰੀ ਇਹਦੀ, ਆ ਤਾਂ ਮੈਂ ਇਹਨਾਂ ਨੂੰ ਪਹਿਲੇ ਵੀ ਸੈਂਡਵਿਚ ਬਣਾ ਕੇ ਦਿੰਦੀ ਸੀ। ਹਾਂ ਦੱਸਦੀ ਸੀ। ਓਏ ਗਾਇਸ ਇਹਦੇ ਲੱਗੇ ਪੈਣ ਹੁਣ ਆਪਣੇ ਬ੍ਰੈਡ ਪਕੌੜੇ ਖਾਣ, ਜਿਹਨੇ ਕੱਲ ਨੂੰ ਪਹਿਲਾਂ ਦੇਖਣਾ ਉਹ ਹੀ ਆ ਗਿਆ ਬੋਰਡ ਦਾ। ਚਲੋ ਠੀਕ ਹੈ ਗਾਇਸ, ਹੁਣ ਆਪਾਂ ਕਰਦੇ ਬਲੌਗ ਦਾ ਐਂਡ ਹੈ ਇੱਥੇ, ਅੱਜ ਦਾ ਬਲੌਗ ਬਸ ਇੰਨਾ ਹੀ। ਜੇ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਿਆ ਗਾਇਸ ਤਾਂ ਇਹਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਮਿਲਦੇ ਫਿਰ ਕੱਲ ਨੂੰ ਨਵੇਂ ਬਲੌਗ ਦੇ ਵਿੱਚ, ਉਦੋਂ ਵਾਸਤੇ ਬਾਏ 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 ਬਾਏ।